दोस्तों अज ना आप बाई चरने को पहुँचे हाँ। तो बाई का पिंड दौना जिला बठिंडा। तो बाई को 6-7 जानवर जोड़े विकाऊ आ। एक बहुत वधिया घोड़ा बाई को। किसी भी अपने भरा कोई भी जानवर पसंद आता तो तुसी बाई नाल फोन ते संपर्क कर सकते हो जां बाई दे घरे जाके जानवर खरीद सकते हो। सो वीडियो चंगी लगी तो शेयर जरूर कर दौ तो अपने पेज नूं फॉलो कर लियो। तो आप सारे जानवरों की सानूं डिटेल लैके दिंदे आ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਆਪਣਾ ਪਿੰਡ ਦੱਸ ਦਿਓ ਜੀ। ਮੇਰਾ ਨਾਮ ਬਾਈ ਚਰਨਾ ਜੀ, ਪਿੰਡ ਦਿਉਣ ਜ਼ਿਲ੍ਹਾ ਬਠਿੰਡਾ। ਠੀਕ ਆ ਬਾਈ। ਤੇ ਕਿੰਨੇ ਤੋਂ 10 ਕਿਲੋਮੀਟਰ ਹੈ? ਮੋਟਰ ਤੋਂ 38 ਕਿਲੋਮੀਟਰ। ਠੀਕ ਆ ਬਾਈ। ਤੇ ਕਿੰਨੇ ਜਾਨਵਰ ਲੈ ਕੇ ਆਏ ਬਾਈ? ਬਾਈ ਆਪਾਂ ਲੈ ਕੇ ਆਏ ਆ 6-7। ਠੀਕ ਆ ਬਾਈ। ਤੇ ਦੱਸੋਗੇ ਡਿਟੇਲ ਬਾਈ ਸਾਰੇ ਜਾਨਵਰਾਂ ਦੇ? ਹਾਂਜੀ ਹਾਂਜੀ। ਅਰਜਨ ਦੀ ਬੱਚੀ ਆ ਬਾਈ। ਠੀਕ ਆ ਬਾਈ। ਤੇ 2 ਦੰਦ ਹੈ ਜੀ। ਠੀਕ ਆ ਬਾਈ। 3 ਇੰਚ ਕੱਦ ਹੈ। ਠੀਕ ਆ ਬਾਈ। ਉਹ ਤੋਂ ਇਹ ਤੱਕ ਤੋਂ ਗੱਬਣਾ। ਠੀਕ ਆ। ਕਿੰਨੇ ਚਿਰ ਦੇ ਗੱਬਣਾ ਬਾਈ? 3.5 ਮਹੀਨੇ ਦੇ ਗੱਬਣਾ। ਇਹ ਸੇਲ ਵਾਸਤੇ ਕਿ ਵੈਸੇ ਹੀ ਲੈ ਕੇ ਆਂਦੇ? ਸੇਲ ਵਾਸਤੇ। ਤੇ ਕੀ ਮੁੱਲ ਆ ਬਾਈ ਇਹਦਾ? ਓਏ ਮੁੱਲ ਫੋਨ ਤੇ ਹੀ ਦੱਸਾਂ। ਠੀਕ ਆ। ਤੇ ਬਾਈ ਆਪਣਾ ਫੋਨ ਨੰਬਰ ਬੋਲ ਦਿਓ। 81952। ਠੀਕ ਆ ਬਾਈ। 3112। ਠੀਕ ਆ ਬਾਈ। ਤੇ ਆਏ ਆ ਬੱਚੇ ਬਾਰੇ ਬਾਈ? ਹਾਂਜੀ ਬਾਈ। ਇਹ ਚੇਤਕ ਦੀ ਬੱਚੀ ਆ ਬਾਈ, ਕੱਲਾ ਵਾਲਾ ਜੀ। ਠੀਕ ਆ ਬਾਈ। ਕੱਲਾ ਵਾਲੇ ਦੀ ਇਹ ਭੈਣਾਂ ਦੋਨੇ ਮਾਂ ਵਾਲੇ ਪੱਖੋਂ। ਠੀਕ ਆ ਬਾਈ। ਉਹ ਘੋੜੀ ਦੀਆਂ। ਇਹਦੀ ਕਿੰਨੀ ਉਮਰ ਹੋ ਗਈ ਬਾਈ? ਇਹ ਬਾਈ 4 ਮਹੀਨੇ ਦੀ। ਘੜਦੀ ਹੈ 3-4 ਮਹੀਨਿਆਂ ਤੋਂ। ਠੀਕ ਆ ਬਾਈ। ਇਹ ਵੀ ਸੇਲ ਵਾਸਤੇ ਆ ਬਾਈ? ਹਾਂਜੀ ਬਾਈ, ਇਹ ਵੀ ਸੇਲ। ਦੋਸਤੋ, ਬਾਈ ਦਾ ਆਪਾਂ ਨੰਬਰ ਉੱਪਰ ਵੀ ਸ਼ੋਅ ਕਰ ਦਾਂਗੇ। ਸੋ ਕਿਸੇ ਵੀ ਆਪਣੇ ਭਰਾ ਨੇ ਜਾਨਵਰ ਖਰੀਦਣੇ ਹੋਣ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ। ਆਹ ਘੋੜਾ ਵੀ ਆਪਣੇ ਆ ਬਾਈ? ਹਾਂਜੀ ਹਾਂਜੀ। ਇਹ ਕਿਹੜੀ ਬਲੱਡ ਲਾਈਨ ਦਾ ਬਾਈ? ਇਹ ਬਾਈ ਅਲੀ ਦਾ, ਕਿਰਲ ਗੜ ਵਾਲੇ ਦਾ। ਠੀਕ ਆ ਬਾਈ। ਕਿੰਨੀ ਉਮਰ ਹੋ ਗਈ ਬਾਈ? 4 ਦੰਦ ਆ ਬਾਈ। 4 ਦੰਦ। 4 ਇੰਚ ਹੈ। ਠੀਕ ਆ ਬਾਈ। ਇਹ ਵੀ ਸੇਲ ਵਾਸਤੇ? ਸੇਲ ਵਾਸਤੇ। ਤੇ ਸਟੱਡ ਸਰਵਿਸ ਵੀ ਓਪਨ ਆ ਬਾਈ? ਹਾਂਜੀ ਹਾਂਜੀ ਹਾਂਜੀ। ਤੇ ਕੀ ਫੀਸ ਵਗੈਰਾ ਰੱਖੀ ਆ ਬਾਈ ਇਹਦੀ? ਇਹਦੀ ਫੀਸ 11000 ਜੀ। 11000 ਰੁਪਇਆ। ਤੇ ਇੱਕ ਵਾਰੀ ਬਾਈ ਆਪਣਾ ਐਡਰੈਸ ਦੁਬਾਰਾ ਦੱਸ ਦਿਓ। ਪਿੰਡ ਦਿਉਣ, ਜ਼ਿਲ੍ਹਾ ਬਠਿੰਡਾ। ਠੀਕ ਆ ਬਾਈ। ਬਠਿੰਡੇ ਤੋਂ 10 ਕਿਲੋਮੀਟਰ ਹੈ। ਮੁਕਸਰ ਬਠਿੰਡਾ ਰੋਡ ਦੇ ਉੱਪਰ ਪਿੰਡ ਹੈ ਜੀ। ਮੁਕਸਰ ਤੋਂ 38 ਕਿਲੋਮੀਟਰ। ਠੀਕ ਆ ਬਾਈ। ਤੇ ਬਾਈ ਆਪਾਂ ਜੇ ਆਪਾਂ ਮੇਲੇ ਦੀ ਗੱਲ ਕਰੀਏ ਵੀ ਜਿਆਦਾ ਵੱਡੇ ਘੋੜੇ ਘੱਟ ਆਏ ਆ ਮੇਲੇ ਤੇ, ਇਹਦਾ ਕੀ ਕਾਰਨ ਆ ਵੀ ਜਿਹੜੀ ਡੇਟ ਆ ਉਹ ਮੌਕੇ ਤੇ ਫਾਈਨਲ ਹੋਈ ਕਰਕੇ ਇਸ ਕਰਕੇ ਕਿ ਜਾਂਚ ਹੋਈ ਕਰਕੇ? ਮੌਕੇ ਤੇ ਤਾਂ ਕਿਹੜੀ ਹੈਗੀ, ਇੱਕ ਦਿਨ ਲੇਟ ਹੀ ਦਿੱਤੀ ਆ ਇਹਨਾਂ ਨੇ। ਅੱਛਾ ਬਾਈ। ਫਿਰ ਇੱਥੇ ਫਿਰ ਮਤਲਬ ਇਹ ਲੋਕ ਕੰਮਾਂ ਕਰਾਂ ਚੁਲਦੇ ਸੀ, ਜੇ ਪਹਿਲਾਂ ਲੇਟ ਦਿੱਤੀ ਹੋਵੇ ਤਾਂ ਉਹ ਜਿਆ ਰੱਖਦਾ ਅਗਲਾ। ਠੀਕ ਆ ਬਾਈ। ਮੇਲੇ ਦੀਆਂ ਤਿਆਰੀਆਂ ਕਰਦੇ ਆ। ਠੀਕ ਆ ਜੀ। ਤੇ ਕੋਈ ਮਤਲਬ ਇਹ ਮੌਕੇ ਤੇ ਹੋ ਗਿਆ ਕੰਮ ਤਾਂ ਕਰਕੇ ਘੱਟ ਆ ਯਾਰ। ਠੀਕ ਆ। ਤੇ ਹਲੇ ਕਿੰਨੀ ਤਰੀਕ ਤੱਕ ਚੱਲੂਗਾ ਬਾਈ ਮੇਲਾ? 12 ਤੀਕ ਚੱਲੂਗਾ। 12 ਤੱਕ। ਦੋਸਤੋ, ਆ ਦੇਖ ਸਕਦੇ ਹੋ ਤੁਸੀਂ ਬਾਈ ਕੋਲੇ 3-4 ਜਾਨਵਰ ਸੇਲ ਵਾਸਤੇ ਆ। ਸੋ ਕਿਸੇ ਵੀ ਆਪਣੇ ਭਰਾ ਦੇ ਉਹ ਕੁਝ ਜਾਨਵਰ ਪਿੱਛੇ ਵੀ ਆ, ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਆ ਜਾਓ। ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਤੇ ਆ ਵੀ ਆਪਣੇ ਆ ਬਾਈ? ਹਾਂਜੀ ਹਾਂਜੀ। ਇਹਦੀ ਕੀ ਮੇਰਾ ਬੱਚਾ ਸੀ ਨੁਕਰਾ। ਠੀਕ ਆ ਬਾਈ। ਕੱਲ ਸੇਲ ਹੋ ਗਿਆ ਇੱਥੇ ਜੀ। ਇਹ ਦੁਬਾਰੇ ਭਰਾਈ ਵੀ ਹੈਗੀ। ਠੀਕ ਆ। ਹੁਣ ਗੱਬਰ ਚੈੱਕ ਹੋ ਗਈ ਕਿ ਨਹੀਂ ਹੁੰਦੀ ਬਾਈ? ਥੋੜੇ ਦਿਨ ਹੀ ਹੋਇਆ ਭਰਾਈ। ਠੀਕ ਆ ਬਾਈ। ਸ਼ੇਰਾ ਕੱਲ ਹੀ ਵਿੱਚ ਇਹਦਾ ਨੁਕਰਾ, ਇੱਥੇ ਵਿੱਚ ਮੇਲੇ ਤੇ। ਠੀਕ ਆ ਬਾਈ। ਇਹਦੀ ਕਿੰਨੀ ਹਾਈਟ ਹੋਊਗੀ ਬਾਈ? ਇਹ 60 ਇੰਚ ਹੋਊਗੀ। 60 ਇੰਚ। ਹਾਂ, ਇਹ ਚੂੰਡ ਨਾਲ ਲਿੱਸੀ ਆ ਬੱਚੇ ਦੀ ਚੂੰਡ ਵਾਲੀ ਸੀ ਇਹਨੂੰ। ਬੱਚਾ ਇੱਥੇ ਹੀ ਸੇਲ ਹੋਇਆ ਬਾਈ? ਇੱਥੇ ਹੀ, ਇੱਥੇ ਹੀ ਬਾਈ, ਕੱਲ ਸ਼ਾਮ ਨੂੰ। ਠੀਕ ਆ। ਤੇ ਇਹਦਾ ਮੁੱਲ ਵੀ ਬਾਈ ਫੋਨ ਤੇ ਹੋਊਗਾ? ਹਾਂ ਬਾਈ, ਮੁੱਲ ਸਾਰਿਆਂ ਦਾ ਫੋਨ ਤੇ। ਠੀਕ ਆ। ਦੋਸਤੋ, ਦੇਖ ਸਕਦੇ ਹੋ ਤੁਸੀਂ ਬਾਈ ਦਾ ਨੰਬਰ ਆਪਾਂ ਉੱਪਰ ਸ਼ੋਅ ਕਰ ਦਾਂਗੇ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ। ਤੇ ਆ ਘੋੜੀ ਬਾਰੇ ਵੀ ਦੱਸਿਓ ਬਾਈ। ਇਹ ਬਾਈ 2 ਦੰਦ ਬੱਚੀ ਹੈਗੀ। ਠੀਕ ਆ ਬਾਈ। 61 ਇੰਚ ਹਾਈਟ ਹੈ। 61 ਜੀ। ਤੇ 2 ਮਹੀਨਿਆਂ ਦੀ ਚੈੱਕ ਪਾਸ ਗੱਬਣ ਹੈ। ਗੱਬਣ ਚੈੱਕ ਹੋਈ ਹੈ ਨੁਕਰੇ ਘੋੜੇ ਤੋਂ? ਹਾਂਜੀ। ਠੀਕ ਆ ਬਾਈ। ਉਹਦਾ ਪ੍ਰੂਫ ਦੇਵਾਂਗੇ, ਉਹਦਾ ਪਰਚੀ ਵਗੈਰਾ ਸਾਰੀ। ਚੰਗੇ ਘੋੜੇ ਤੋਂ 21000 ਫੀਸ ਦੇ ਕੇ ਮੇਟ ਕਰਾਈ ਆ। ਠੀਕ ਆ ਬਾਈ। ਤੇ ਇਹ ਵੀ ਸੇਲ ਵਾਸਤੇ ਹੈ ਬਾਈ? ਇਹ ਵੀ ਸੇਲ ਵਾਸਤੇ ਜੀ। 2 ਦੰਦ ਬੱਚੀ, 28 ਮਹੀਨੇ ਉਮਰ ਹੈ ਇਹਦੀ। ਠੀਕ ਆ ਬਾਈ। 2 ਮਹੀਨੇ ਦੀ ਚੈੱਕ ਪਾਸ ਹੈ। ਠੀਕ ਆ ਬਾਈ। ਤੇ ਉਸ ਤੋਂ ਅੱਗੇ ਬਾਈ ਇਹ ਬਾਈ ਇਹਦੇ ਮਗਰ ਨੁਕਰੀ ਬੱਚੀ ਸੀਗੀ। ਠੀਕ ਆ। ਘਰੋਂ ਸੇਲ ਕਰਦੀ ਸੀਗੀ ਉਹ। ਠੀਕ ਆ ਬਾਈ। 3 ਮਹੀਨਿਆਂ ਦੀ ਬੱਚੀ ਸੀ, ਹੋ ਗਿਆ ਮਹੀਨਾ ਸੇਲ ਕਰੀ ਨੂੰ। ਠੀਕ ਆ ਜੀ। ਇਹ ਮੇਟ ਕਰਾਈ ਵੀ ਹੈਗੀ 10 ਦਿਨਾਂ ਦੀ ਨੁਕਰੇ ਘੋੜੇ ਤੋਂ। ਇਹਦਾ ਵੀ ਮਤਲਬ ਵੀਡੀਓ ਵੂਡੀਓ ਸਭ ਕੁਝ ਹੈਗਾ। ਠੀਕ ਆ ਬਾਈ। ਹਾਂ, ਇਹਦੀ 59 ਇੰਚ ਹਾਈਟ ਹੈ। ਠੀਕ ਆ ਬਾਈ। 60 ਇੰਚ। ਠੀਕ ਆ। ਤੇ ਉਹ ਇੱਕ ਪਿੱਛੇ ਬੱਚਾ ਕਿਹੜਾ ਬਾਈ? ਬੱਚੀ ਹੈ ਜੀ। ਬੱਚੀ ਆ। ਉਹ ਕਿੰਨੀ ਉਮਰ ਹੋ ਗਈ ਬਾਈ ਉਹਦੀ? ਉਹ 7 ਮਹੀਨਿਆਂ ਦੀ ਬਾਈ। ਠੀਕ ਆ। ਤੇ ਇਹ ਕਿਹੜੀ ਬਲੱਡ ਲਾਈਨ ਦੀ ਆ ਬਾਈ? ਇਹ ਬਾਈ ਉਹਦੀ ਆ ਦਿਲਸ਼ਾਨ ਘੋੜੇ ਦੀ, ਫੂਲ ਸਿੰਘ ਵਾਲੇ ਦੀ, ਰਾਜਸਥਾਨ ਚ ਜੋ। ਠੀਕ ਆ ਬਾਈ। ਉੱਥੋਂ ਘੋੜੀ ਲਈ ਸੀ ਮੈਂ ਗੱਬਣ ਜੀ, ਮੇਰੇ ਘਰੇ ਇਹ ਬਰੀਡ ਹੋਈ ਸੀਗੀ। ਠੀਕ ਆ ਬਾਈ। ਇਹ ਦਿਲਸ਼ਾਨ ਦੀ।
जानवर जिहड़े मेले च गेड़ा कढ़ाउण वास्ते गए आ ते तुसीं भाई चरण नाल संपर्क कर सकदे हो जदों मर्जी। सेल परचेज दा काम है, कदों भी घरे आ जाओ, 8-10 जानवर हुंदे ही आ अपने। ठीक है भाई, ते एक वारी भाई अपने पिंड दी लोकेशन दस दो, कई वारी कोई अपना भरा मान लो मेले तो बाद भी घरे आउणा चाहुंदा होवे। पिंड दियौणा जी। ठीक है भाई, जिला बठिंडा, बठिंडा मुक्सर रोड दे उत्ते पिंड दियौण पैंदा। ठीक है जी, ते चरण सिंह बाई दा नाम आ, ते बाई दा आपां नंबर उपर वीडियो ते चल रिहा। सो इन्हां जानवरां दे विच्चों किसे तरां दा वी तुहानूं जिहड़ा वी जानवर पसंद आउंदा ਤਾਂ ਤੁਸੀਂ ਬਾਈ ਨੂੰ ਫੋਨ ਕਰਕੇ ਜਦੋਂ ਮਰਜ਼ੀ ਦੇਖ ਸਕਦੇ ਹੋ ਜਾਂ ਫੋਨ 'ਤੇ ਵੀ ਸੌਦਾ ਕਰ ਸਕਦੇ ਹੋ। ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਬਾਈ। ਓਕੇ ਬਾਈ।